ਘਰ ਦੇ ਵਿੱਚ ਵੜ ਕੇ ਇੱਕ ਨਿਹੰਗ ਸਿੰਘ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਤੇਜ਼ ਤਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਮੂੰਹ ਅਤੇ ਗਰਦਨ ਤੇ। ਘਰ ਦੇ ਵਿੱਚ ਇਹ ਨਿਹੰਗ ਸਿੰਘ ਇਕੱਲਾ ਹੀ ਰਹਿੰਦਾ ਸੀ। ਬਰਨਾਲਾ ਦੇ ਪਿੰਡ ਕਹਨੇਕੇ ਦੇ ਵਿੱਚ ਇਹ ਵਾਰਦਾਤ ਹੋਈ। 48 ਸਾਲਾਂ ਦਾ ਗੁਰਦਿਆਲ ਸਿੰਘ ਨਿਹੰਗ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ, 25 ਸਾਲਾਂ ਤੋਂ ਇਸੇ ਹੀ ਪਿੰਡ ਦੇ ਵਿੱਚ ਰਹਿ ਰਿਹਾ ਸੀ। ਤਾਂ ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ। ਇਸ ਮਾਮਲੇ ਦੀ ਹਰ ਪੱਖੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਦੂਜੇ ਬੰਨੇ ਅਣਪਛਾਤਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਪਰਚਾ ਦਰਜ ਵੀ ਕੀਤਾ ਗਿਆ। ਤਾਂ ਗੁਰਦਿਆਲ ਸਿੰਘ ਇਸ ਨਿਹੰਗ ਸਿੰਘ ਦਾ ਨਾਮ ਸੀ ਜਿਸ ਦਾ ਘਰ ਦੇ ਵਿੱਚ ਵੜ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਤੇਜ਼ ਤਰ ਹਥਿਆਰਾਂ ਦੇ ਨਾਲ ਮੂੰਹ ਅਤੇ ਗਰਦਨ ਤੇ ਵਾਰ ਕੀਤੇ ਨੇ। ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਘਰ ਦੇ ਵਿੱਚ ਵੜ ਕੇ ਇੰਨੀ ਬੇਰਹਿਮੀ ਦੇ ਨਾਲ ਕਤਲ ਕਿਸ ਨੇ ਤੇ ਕਿਉਂ ਕੀਤਾ। ਔਰ ਦੂਜੇ ਪਾਸੇ ਫੋਰੈਂਸਿਕ ਟੀਮਾਂ ਵੀ ਮੌਕੇ ਤੇ ਮੌਜੂਦ ਨੇ, ਸੀਸੀਟੀਵੀ ਕੈਮਰੇ ਵੀ ਖੁੰਗਾਲੇ ਜਾ ਰਹੇ ਨੇ ਤਾਂ ਜੋ ਅਨਸਰਾਂ ਦੀ ਪੈੜ ਨੱਪੀ ਜਾ ਸਕੇ। ਤਾਂ 48 ਸਾਲ ਦਾ ਗੁਰਦਿਆਲ ਸਿੰਘ ਨਿਹੰਗ ਸਿੰਘ ਜਿਸ ਦਾ ਬੜੀ ਬੇਰਹਿਮੀ ਦੇ ਨਾਲ ਉਸੇ ਦੇ ਘਰ ਦੇ ਵਿੱਚ ਵੜ ਕੇ ਕਤਲ ਕੀਤਾ ਗਿਆ। ਕਤਲ ਦਾ ਮਾਮਲਾ ਆਇਆ ਜੀ, ਗੁਰਦਿਆਲ ਸਿੰਘ ਦਾ ਕਤਲ ਕੀਤਾ ਗਿਆ ਜੀ। ਬੰਦੇ ਆਏ ਨੇ ਆ ਕੇ ਕੰਧ ਟੱਪ ਕੇ ਕਤਲ ਕਰਕੇ ਵਗ ਗਏ ਜੀ। ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਜਨਮ ਤੋਂ ਹੀ ਇੱਥੇ ਰਹਿ ਰਹੇ ਨੇ। ਪਹਿਲਾਂ ਪਰਿਵਾਰ ਰਹਿੰਦਾ ਸੀਗਾ ਜੀ ਸਾਰਾ, ਉਦੋਂ ਬਾਅਦ ਪਰਿਵਾਰ ਨੇ ਖੇਤ ਜਾ ਕੇ ਘਰ ਪਾ ਲੈਣੇ ਨੇ। ਇੱਥੇ ਛਾਉਣੀ ਬਣਾ ਲਈ ਸੀ ਆਪਣੀ, ਨਿਹੰਗ ਸਿੰਘ ਸੀਗੇ, ਬਾਣੀ ਪੜ੍ਹਦੇ ਸੀ। ਨਹੀਂ ਜੀ ਹਾਲੇ ਕੋਈ ਪਤਾ ਨਹੀਂ। ਤੇਜ਼ ਤਾਰ ਹਥਿਆਰਾਂ ਦੇ ਨਾਲ ਦੋ ਤਿੰਨ ਵਾਰ ਕੀਤੇ ਨੇ, ਗਲ ਵੱਢਿਆ ਇੱਥੋਂ ਅਤੇ ਨਾਲ ਜਵਾੜਾ ਵੱਢਿਆ ਹੋਇਆ ਸਾਰਾ ਇੱਥੋਂ। ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਜੀ। ਮੰਗ ਤਾਂ ਇਹੀ ਕਰਦੇ ਹਾਂ ਜੀ, ਬੰਦਿਆਂ ਨੂੰ ਫੜਿਆ ਜਾਵੇ, ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ, ਬਣਦੀ ਸਜ਼ਾ ਜਿਹੜੀ ਦਿੱਤੀ ਜਾਵੇ, ਕਾਰਵਾਈ ਹੋਵੇ ਸਾਰੀ। ਅੱਗੇ ਤੋਂ ਇਹੋ ਜਿਹੀ ਗੱਲ ਨਾ ਹੋਵੇ ਕੋਈ। ਇਹ ਕਿਹੜਾ ਕਿਸੇ ਨੂੰ ਕੁਛ ਕਹਿੰਦਾ ਸੀਗਾ, ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ, ਪਹਿਲਾਂ ਦਲ ਦੇ ਵਿੱਚ ਸੇਵਾ ਕੀਤੀ 18-20 ਸਾਲ। ਹਾਂਜੀ, ਪਿੰਡ ਦੇ ਵਿੱਚ ਬੱਚਿਆਂ ਨੂੰ ਸੰਥਿਆ ਦਿੰਦੇ ਸੀ ਬਾਣੀ ਦੀ ਜੀ, ਕੁਰਬਾਣੀ ਪੜ੍ਹਾ ਰਹੇ ਸੀ ਬੱਚਿਆਂ ਨੂੰ। ਬਹੁਤ ਬੱਚੇ ਪੜ੍ਹਾਏ ਨੇ ਇਹਨਾਂ ਨੇ ਇੱਥੇ, ਅਸੀਂ ਵੀ ਇਹਨਾਂ ਤੋਂ ਪੜ੍ਹੇ ਹੋਏ ਹਾਂ, ਖੁਦਾ ਆਪ ਇਹਨਾਂ ਤੋਂ ਪੜ੍ਹੇ ਹਾਂ ਜੀ, ਨਾਲ ਇਕੱਠੇ ਰਹਿੰਦੇ ਰਹੇ ਹਾਂ। ਮੰਗਦਾ ਜੀ ਬੰਦਿਆਂ ਨੂੰ ਫੜਿਆ ਜਾਵੇ, ਉਹਨਾਂ ਨੂੰ ਫੜ ਕੇ ਉਹਨੂੰ ਸਜ਼ਾ ਦਿੱਤੀ ਜਾਵੇ। ਕਿੰਨੇ ਬੰਦੇ ਲੱਗਦੇ ਹੋ? ਇਹਦਾ ਜੀ ਹਾਲੇ ਪਤਾ ਲੱਗੂਗਾ ਜਦੋਂ, ਫਿਰ ਦੱਸਾਂਗੇ ਵੀ ਕਿੰਨੇ ਬੰਦੇ ਸੀ, ਹਾਲੇ ਕੋਈ ਪਤਾ ਨਹੀਂ ਲੱਗਿਆ। ਹਾਂਜੀ, ਰਾਤ ਨਿਹੰਗ ਸਿੰਘ ਨੇ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਉਹਨਾਂ ਦਾ ਬੇਰਹਿਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕਤਲ ਹੋਇਆ ਗਾ ਰਾਤ। ਅਤੇ ਅਣਪਛਾਤੇ ਬੰਦੇ ਸੀਗੇ, ਕੋਈ ਬਾਹਰੋਂ ਆਏ ਸੀਗੇ। ਪੁਲਿਸ ਆਈ ਹੈਗੀ, ਆਪਦੀ ਕਾਰਵਾਈ ਕਰ ਰਹੀ ਹੈਗੀ ਅਤੇ ਹੁਣ ਅਸੀਂ ਪੋਸਟਮਾਰਟਮ ਲਈ ਜਾ ਰਹੇ ਹਾਂ ਬਰਨਾਲੇ। ਕਤਲ ਕਿਵੇਂ ਕੀਤਾ ਗਿਆ ਹੈਗਾ, ਕੋਈ ਪਤਾ ਲੱਗਿਆ ਹੋਵੇ? ਕਤਲ ਤੇਜ਼ ਤਾਰ ਹਥਿਆਰਾਂ ਨਾਲ ਹੀ ਕਰਿਆ ਹੋਇਆ, ਚਿਹਰੇ ਅਤੇ ਗਰਦਨ 'ਤੇ ਵਾਰ ਨੇ। ਮੰਗ ਤਾਂ ਅਸੀਂ ਇਨਸਾਫ ਚਾਹੁੰਦੇ ਹਾਂ ਜੀ, ਅਸੀਂ ਚਾਹੁੰਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਕਾਰਵਾਈ ਕਰੇ, ਦੋਸ਼ੀਆਂ ਨੂੰ ਫੜੇ ਔਰ ਸਜ਼ਾਵਾਂ ਦੇਵੇ। ਇਹ ਜਨਮ ਤੋਂ ਹੀ ਰਹਿੰਦੇ ਸੀ ਜੀ ਨਿਹੰਗ ਸਿੰਘ ਸੀਗੇ, ਅਤੇ ਕੁਛ ਟਾਈਮ ਲਈ ਦਲ 'ਚ ਚੱਲ ਗਏ ਸੀਗੇ, ਪਰ ਹੁਣ ਪਿਛਲੇ 5-7 ਸਾਲ ਤੋਂ ਇੱਥੇ ਰਹਿ ਰਹੇ ਸੀ। ਛਾਉਣੀ ਬਣਾ ਲਈ ਸੀਗੀ, ਬੱਚਿਆਂ ਨੂੰ ਸਿੱਖਿਆ ਦਿੰਦੇ ਸੀਗੇ, ਪਾਠ ਕਰਦੇ ਸੀਗੇ। ਅਸੀਂ ਤਾਂ ਮੰਗ ਹੀ ਕਰਦੇ ਹਾਂ ਜੀ, ਸਾਰਾ ਨਗਰੀ ਮੰਗ ਕਰਦਾ ਗਾ ਵੀ ਜਾਂਚ ਤੇਜ਼ੀ ਨਾਲ ਹੋਵੇ, ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ। ਅੱਜ ਸੁਬਾਹ ਕਰੀਬ 7:30 ਵਜੇ ਮੈਨੂੰ ਇੱਕ ਫੋਨ ਕਾਲ ਆਈ ਸੀ ਪਿੰਡ ਦੇ ਵਿੱਚੋਂ ਵੀ ਗੁਰਦਿਆਲ ਸਿੰਘ ਆ ਜਿਹੜਾ ਇੱਥੇ ਛਾਉਣੀ 'ਚ ਰਹਿੰਦਾ ਆਪਦੇ ਘਰ 'ਚ ਪੁਰਾਣੇ 'ਚ, ਵੀ ਉਹਦਾ ਕੋਈ ਕਤਲ ਕਰ ਗਿਆ। ਉਸੇ ਟਾਈਮ ਅਸੀਂ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆ ਕੇ, ਮੈਂ ਮੌਕੇ 'ਤੇ ਆਇਆ ਖੁਦ ਟੀਮ ਪਾਰਟੀ ਲੈ ਕੇ। ਅਸੀਂ ਜਦੋਂ ਲੈ ਕੇ ਦੇਖਿਆ ਮੰਜਾ 'ਤੇ ਪਿਆ ਸੀਗਾ ਅਤੇ ਕੁਦਰ ਲੱਗਿਆ ਹੋਇਆ ਸੀਗਾ ਇੱਥੇ, ਅਤੇ ਕਿਸੇ ਨੇ ਕੁਛ ਤੇਜ਼ ਤਾਰ ਹਥਿਆਰਾਂ ਨਾਲ ਇਹਦੇ ਧੌਣ 'ਤੇ ਵਾਰ ਕੀਤੇ ਹੋਏ ਸੀਗੇ। ਖੂਨ ਨਾਲ ਲੱਥਪੱਥ ਹੋਇਆ ਪਿਆ ਸੀਗਾ ਸਾਰਾ। ਉਸ ਤੋਂ ਬਾਅਦ ਅਸੀਂ ਸਾਰਾ ਮੌਕਾ ਪ੍ਰਜਰਵ ਕਰ ਰਹੇ ਹਾਂਗੇ ਅਤੇ CCTV ਕੈਮਰੇ ਵਗੈਰਾ ਵੀ ਚੈੱਕ ਕਰ ਰਹੇ ਹਾਂ ਅਸੀਂ, ਕਿੱਧਰੋਂ ਆਏ ਬੰਦੇ, ਕੌਣ ਸੀਗੇ। ਫੋਰੈਂਸਿਕ ਟੀਮ ਸਾਡੀ ਸਪੈਸ਼ਲ ਆਈ ਹੋਈ ਆ, ਡੋਗ ਸਕੁਆਡ ਵੀ ਆ ਕੇ ਗਿਆ ਹੈਗਾ, ਉਹ ਵੀ ਆਪਦਾ ਪਾਰਟੀਆਂ ਚੈੱਕ ਕਰ ਰਹੀਆਂ ਨੇਗੀਆਂ। ਅਸੀਂ ਵੀ
CCTV ਕੈਮਰੇ ਖੰਘਾਲ ਰਹੇ ਹਾਂਗੇ ਵੀ ਬੰਦੇ ਕਿੱਧਰੋਂ ਆਏ ਅਤੇ ਕੌਣ ਨੇਗੇ। ਜਲਦੀ ਹੀ ਉਹਨਾਂ ਨੂੰ ਟਰੇਸ ਕਰਕੇ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ। ਅੱਜ 1 July ਹੈਗਾ, ਨਵੇਂ ਧਾਰਾਂ ਦੇ ਵਿੱਚ ਇਹ ਮੁਕੱਦਮੇ ਦਰਜ ਹੋਊਗਾ। ਪਹਿਲਾਂ 302 'ਚ ਹੁੰਦਾ ਸੀਗਾ, ਹੁਣ ਇਹ 103 J1 ਉਹਦੇ ਤਹਿਤ ਅਸੀਂ ਮੁਕੱਦਮਾ ਦੇ ਰਹੇ ਹਾਂ। ਉਹ ਇਕੱਲੇ ਹੀ ਰਹਿੰਦਾ ਸੀਗਾ, ਇਹ 3 ਭਰਾ ਨੇ, ਬਾਕੀ 2 ਭਰਾ ਇਹਦੇ ਪਿੰਡ 'ਚ ਰਹਿੰਦੇ ਨੇਗੇ, ਉਹ ਵਿਆਹੇ ਹੋਏ ਨੇ। ਛੜਾ ਹੈਗਾ ਇਸ ਮਕਾਨ ਦੇ ਵਿੱਚ, ਇਕੱਲੇ ਰਹਿੰਦਾ ਸੀਗਾ। ਬੁੱਢੇ ਦਲ ਦੇ ਨਾਲ ਇਹ ਸੰਬੰਧ ਸੀਗਾ ਇਹਦਾ, ਅਤੇ ਇੱਥੇ ਪਾਠ ਪੂਜਾ ਕਰਦਾ ਸੀ, ਉਹਦੀ ਸੰਥਿਆ ਲੈਂਦਾ ਸੀਗਾ।